ਹੁਣ ਤੁਸੀਂ ਸੋਚੋਗੇ ਕਿ ਇਹ ਭਾਊ ਪਤਾ ਨਹੀਂ ਕਿਹੜਾ ਸੱਪ ਕੱਢਣ ਲੱਗਾ। ਜੇ ਤੁਸੀਂ ਇੱਦਾਂ ਸੋਚਿਆ ਤਾਂ ਤੁਸੀਂ ਬਿਲਕੁਲ ਸਹੀ ਸੋਚਿਆ। ਅੱਛਾ, ਇਸ ਪਾਸੇ ਆਪਾਂ ਹੁਣੇ ਹੀ ਆਉਂਦੇ ਹਾਂ। ਪਹਿਲਾਂ ਮੈਂ ਦੱਸਦਾ, ਜਦੋਂ ਆਪਾਂ ਸਰੀ ਤੋਂ ਵਾਈਟ ਰੋਕਲ ਨੂੰ ਜਾਈਦਾ, ਕਿੰਗ ਜਾਰਜ ਹਾਈਵੇ ਤੇ ਆ ਸਰਪੈਂਟਾਈਨ ਰਿਵਰ ਜਿਹੜਾ ਹੈਗਾ ਵਾ ਉਹਦੇ ਉੱਤੇ ਹੀ ਪੈਂਦਾ। ਇਹ ਜਗ੍ਹਾ ਸ਼ਾਇਦ ਵੇਖਣ ਨੂੰ ਇੰਨੀ ਖਾਸ ਨਾ ਲੱਗਦੀ ਹੋਵੇ, ਪਰ ਇੱਥੇ ਤਿੰਨ ਵਾਚ ਟਾਵਰ ਆ ਜਿਹੜੇ ਇਸ ਜਗ੍ਹਾ ਦੀ ਖਾਸੀਅਤ ਹੈ। ਆ ਉਹਨਾਂ ਵਾਸਤੇ ਜਿਹੜੇ ਕਹਿੰਦੇ ਸੀ ਕਿ ਬੀਬੀ ਇਹ ਕੈਨੇਡਾ 'ਚ ਸੱਪ ਨਹੀਂ ਹੁੰਦੇ। ਸੱਚੀ ਗੱਲ ਹੈ ਕਿ ਪਹਿਲਾਂ ਮੈਨੂੰ ਵੀ ਇੱਦਾਂ ਹੀ ਲੱਗਦਾ ਸੀ, ਪਰ ਆਹ ਵੇਖਣ ਤੋਂ ਬਾਅਦ ਮੈਨੂੰ ਯਕੀਨ ਆ ਗਿਆ ਕਿ ਸੱਪ ਇੱਥੇ ਵੀ ਹੈਗੇ ਆ। ਦੂਜੀ ਗੱਲ, ਇਸ ਰਿਵਰ ਦਾ ਨਾਂ ਸਰਪੈਂਟਾਈਨ ਰਿਵਰ ਇਸ ਕਰਕੇ ਆ ਕਿਉਂਕਿ ਜਦੋਂ ਗੂਗਲ ਮੈਪ ਤੇ ਆਪਾਂ ਵੇਖੀਏ ਤੇ ਪਤਾ ਲੱਗਦਾ ਕਿ ਜਦੋਂ ਸੱਪ ਵਲੇਵੇਂ ਮਾਰਦਾ ਹੋਵੇ ਲੱਗਦਾ। ਲਓ ਜੀ, ਆਹ ਆ ਗਿਆ ਆਪਣਾ ਵਾਚ ਟਾਵਰ 1। ਇੱਥੇ ਚੜ ਕੇ ਆਪਾਂ ਨੂੰ ਲਾਗੇ ਬੰਨੇ ਦੀਆਂ ਪੈਲੀਆਂ, ਕਿੰਗ ਜਾਰਜ ਹਾਈਵੇ ਤੇ ਜਿਹੜਾ ਰਿਵਰ ਆ ਉਹਦਾ ਵਿਊ ਕਾਫੀ ਵਧੀਆ ਵੇਖਣ ਨੂੰ ਮਿਲਦਾ। ਤੇ ਆ ਇੱਥੋਂ ਅਮਰੀਕਾ ਵਾਲਾ ਪਹਾੜ ਵੀ ਦਿਖਦਾ, ਇਹਦਾ ਨਾਮ ਮਾਊਂਟ ਬੇਕਰ ਆ, ਜਿਹਦੇ ਤੇ 12 ਮਹੀਨੇ ਹੀ ਬਰਫ਼ ਪਈ ਰਹਿੰਦੀ ਹੈ। ਇੱਕ ਤਰੀਕੇ ਨਾਲ ਜੇ ਵੇਖੀਏ ਤੇ ਇਹ ਜਗ੍ਹਾ ਸੁੰਨਸਾਨ ਹੋਣ ਦੇ ਬਾਵਜੂਦ ਵੀ ਕਾਫੀ ਖੂਬਸੂਰਤ ਲੱਗਦੀ ਹੈ ਜੇ ਆਪਾਂ ਧੁੱਪ ਵਾਲੇ ਦਿਨੇ ਆਉਂਦੇ ਹਾਂ। ਤੇ ਜੇ ਆਪਾਂ ਦਰਿਆ ਦੇ ਨਾਲ ਨਾਲ ਤੁਰੇ ਜਾਈਏ ਤੇ 1.5 ਕਿਲੋਮੀਟਰ ਜਾ ਕੇ ਖੱਬੇ ਬੰਨੇ ਨੂੰ ਮੁੜਨ ਵਾਲਾ ਇੱਕ ਰਾਹ ਜਿਹਾ ਆਉਂਦਾ, ਨਿੱਕੀ ਜਿਹੀ ਟ੍ਰਾਇਲ ਜੀ ਬਣੀ ਆ, ਉਹਦੇ ਵਿੱਚ ਜੇ ਆਪਾਂ ਚੱਲ ਜਾਂਦੇ ਹਾਂ ਤੇ ਉੱਥੇ ਆ ਜਿਹੜਾ ਵਾਚ ਟਾਵਰ ਦੂਜਾ। ਇੱਥੇ ਮੈਂ ਇਹ ਗੱਲ ਖਾਸ ਕਰਕੇ ਦੱਸਣੀ ਚਾਹੂੰਗਾ ਮੇਰੇ ਭੈਣਾਂ ਭਰਾਵਾਂ ਅਤੇ ਮਾਈਆਂ ਭਾਈਆਂ ਨੂੰ, ਕਿਰਪਾ ਕਰਕੇ ਗੁੱਸਾ ਨਾ ਕਰਿਓ। ਜਿਹਨੂੰ ਫੋਟੋਆਂ ਦੀ ਬਹੁਤ ਹੀ ਖੁਰਕ ਹੁੰਦੀ ਹੈ ਉਹਦੇ ਵਾਸਤੇ ਤਾਂ ਬਹੁਤ ਜ਼ਿਆਦਾ ਵਧੀਆ ਥਾਂ ਆ, ਕਿਉਂਕਿ ਟਾਵਰਾਂ ਦੇ ਉੱਤੇ ਚੜ੍ਹ ਕੇ ਗਾਰਡਰ ਫੋਟੋਆਂ ਖਿੱਚ ਸਕਦੇ ਜੀ ਤੁਸੀਂ। ਬਾਕੀ ਆ ਵੀਡੀਓ ਵੇਖਣ ਵਾਸਤੇ ਤੁਹਾਡੀ ਬੜੀ ਮਿਹਰਬਾਨੀ ਵੀਰ ਜੀ। ਅੱਗੇ ਇੰਨੀ ਮੇਰੀ ਬਾਤ ਅਤੇ ਉੱਥੋਂ ਪੈ ਗਈ ਰਾਤ।